ਜ਼ਿਆਦਾ ਬਾਰਿਸ਼ ਹੋਈ ਇੱਥੇ, ਸਾਰੀ ਸੜਕਾਂ ਗਿੱਲੀਆਂ ਹੈਗੀਆਂ ਨੇ, ਮੌਸਮ ਬੱਦਲ ਬਣਿਆ, ਅੱਜ ਜ਼ਬਰਦਸਤ ਮੌਸਮ ਹੈਗਾ। ਨਾਸ਼ਤੇ 'ਚ ਚੱਲੀਏ ਜੀ, ਨਾਸ਼ਤੇ 'ਚ ਬੜਾ ਰਸ਼ ਹੋਣਾ, ਹੁਣ ਗੇਟ 'ਤੇ ਬੜਾ ਤੰਗ ਕੀਤਾ ਸੀ। ਜੇ ਸੀ ਨਹੀਂ ਨਾ ਚੱਲਦੇ ਪਏ ਤਾਂ ਅੱਧੇ ਲਾਈਨਾਂ ਨਹੀਂ ਆਉਂਦੀਆਂ ਵਿੱਚ। ਅੱਜ ਭਟੂਰੇ ਜੇ ਹੈਗੇ ਨੇ, ਭਟੂਰੇ ਦੇ ਨਾਲ ਮੈਂ ਜੈਮ ਜਿਹਾ ਹੈਗਾ ਵੇ, ਅਗਲੇ ਪਰਾ ਆਊਗਾ ਨਾਸ਼ਤਾ ਜਿਹਾ ਹੈਗਾ ਜੀ ਖਾਣ ਦੇ। ਨੇੜੇ ਪਹੁੰਚ ਗਏ, ਪਰਚੀ ਸਾਨੂੰ ਮਿਲ ਚੁੱਕੀ ਹੈ, ਕਿੰਨੀ 29 ਮਾਰਚ ਦੀ, ਹੁਣ ਸਾਨੂੰ ਵਿਖਾ ਦੇ ਰੋਟੀ। ਪਹੁੰਚ ਗਏ ਅਸੀਂ, ਕਟਰੇ ਅਸੀਂ ਲੈ ਲਈਏ, ਉਹ ਤੁਹਾਨੂੰ ਖਾਣੇ ਦੀ ਵਿਖਾਉਂਦੇ ਦਿੰਦੇ ਅਸੀਂ ਖਾਣੇ ਦੀ। ਲਓ ਜੀ ਟੋਕਨ ਫੜੋ, ਬਿਸਮਿਲਲਾ ਪਾਓ ਜੀ, ਹੋਰ ਪਾਓ, ਐ ਖੈਰਾ ਚਾਵਲ ਸੁੱਟੋ ਜੀ, ਬਸ ਕੜੀ ਦਿਓ ਜੀ ਕੜੀ, ਵਾਹ ਸਵਾਦ ਆ ਗਿਆ ਇੱਥੇ। ਚੱਲ ਲੈ ਕੇ ਤੁਸੀਂ ਗਲਾਸ ਵਾਵਾ ਸਾਹਿਬ ਜਿਹੜੇ ਫੜੇ ਲੈ ਆ, ਅਸੀਂ ਤਾਂ ਰੋਟੀ ਲੈ ਕੇ ਜਾ ਰਹੇ ਹਾਂ, ਹਾਲੇ ਵੀ ਵਾਰਮ ਲੈਣ 'ਚ ਲੱਗੀ ਹੋਈ ਹੈ। ਪਾਣੀ ਦਾ ਨਿਜ਼ਾਮ ਚੈੱਕ ਕਰੋ ਜੀ, ਪਾਣੀ ਥੱਲੇ ਪਾਣੀ ਕੀਤਾ ਵਾ, ਪਾਕਿਸਤਾਨੀ ਨਹੀਂ ਨਾ ਸੁਧਰਦੇ ਗਏ। ਅਸੀਂ ਪਹੁੰਚ ਗਏ ਟੇਬਲ 'ਤੇ, ਮੈਨੂ ਹੈਗਾ ਸੀ ਆਲੂ ਮਟਰ ਕੀਮਾ ਕੜੀ ਚਾਵਲ, ਇਹਦੇ 'ਚੋਂ ਹੀ ਸਾਡਾ ਖਾ ਪੀ ਕੇ ਵਿਹਲਾ ਹੋ ਗਿਆ। ਇਹਨੇ ਮੌਸਮ ਚੈੱਕ ਕਰੋ, ਕੰਮ ਕਰਨੇ ਪਿਆ ਤਾਂ ਸਮੁੰਦਰ ਜਿਹੜਾ ਨਾ, ਵਾਹ ਠੰਡੀਆਂ ਹਵਾਵਾਂ ਆਉਂਦੀਆਂ ਨੇ। ਸਮੁੰਦਰ ਆਪਣੀ ਪੂਰੀ ਆਬੋਤਾਬ 'ਚ ਹੈ ਹੀ ਨਹੀਂ, ਆਪਣੀ ਆਬੋਤਾਬ 'ਚ ਹੋਵੇ ਤਾਂ ਦੱਸੇ ਪਤਾ। ਸਾਫ ਮੌਸਮ, ਇੱਧਰੋਂ ਬੱਦਲ ਆਏ, ਇੱਧਰ ਵੀ ਉਹੀ ਹਿਸਾਬ ਹੈ, ਕੋਈ ਧੁੱਪ ਛੁੱਪ ਨਹੀਂ ਹੈਗੀ। ਕੰਮ ਕਰਦੇ ਆ, ਦੇਖੋ ਜਾਲ ਬਹੁਤ ਦੂਰ ਜਾ ਰਿਹਾ, ਮਿਸ ਹੋ ਗਿਆ ਨਹੀਂ, ਰਾਇਤਾ ਸੇਵੀਆਂ, ਅਤੇ ਅਸੀਂ ਕੰਮ 'ਤੇ ਆਏ ਸਾਂ ਅਤੇ ਵੇਖ ਲਓ ਕੋਈ ਬੰਦਾ ਨਹੀਂ ਹੈਗਾ, ਉਹਨੇ 12:30 ਹੋਣੇ ਅਤੇ ਸਾਰੀ ਵਾਮ ਲੱਗੀ ਜਾਂਦੀ ਡਿਊਟੀ 'ਤੇ ਆਏ ਨੂੰ, ਸਿਰਫ ਉਹ ਖਲੋਤੇ ਨੇ, ਹਰ ਪਾਸੇ ਸਨਾਟਾ ਲਾਏ, ਬੱਦਲ ਬਣਿਆ ਜ਼ਬਰਦਸਤ। ਇੱਧਰ ਸਾਫ਼ ਹੈਗਾ ਬੱਦਲ, ਇੱਧਰ ਨੂੰ ਜਾਣਦੇ ਆ, ਇੱਧਰੋਂ ਦੀ ਆਉਂਦੇ ਆ।